ਬਹੁਤ ਵਧੀਆ ਲੱਗੀ ਜੀ। ਕਿਹਦੀ ਐਕਟਿੰਗ ਸਭ ਤੋਂ ਵਧੀਆ ਲੱਗੀ? ਦੇਵ ਦੀ ਜੀ। ਹਾਂਜੀ, ਅਸਲੀ ਜਿਹੜੇ ਕਾਲਜ ਲਾਈਫ ਆ ਉਹ ਦਿਖਾਈ ਗਈ? ਹਾਂਜੀ, ਸਾਰਾ ਹਰ ਇੱਕ ਚੀਜ਼ ਵਧੀਆ ਦਿਖਾਈ। ਮਾਰਕਸ ਦੇਣੇ ਹੁੰਦਾ ਕਿਹਨੂੰ ਦੋਗੇ? 10 out of 10 ਸਰ। ਹਾਂਜੀ ਬਹੁਤ ਨਾਈਸ, ਵਧੀਆ ਮੂਵੀ ਹੈ। ਥੈਂਕ ਯੂ। 10 out of 10 ਹੈ ਜੀ। ਬਹੁਤ ਵਧੀਆ, 10 out of 10। ਬਹੁਤ ਵਧੀਆ ਜੀ, ਬਹੁਤ ਵਧੀਆ। ਠੀਕ ਹੈ ਭਾਜੀ, ਓਕੇ। ਬਹੁਤ ਵਧੀਆ ਲੱਗਿਆ ਜੀ ਮੂਵੀ, ਬੜੀ ਐਕਸ਼ਨ, ਬਹੁਤ ਵਧੀਆ ਵੀਰੇ, ਬਹੁਤ ਵਧੀਆ ਜੀ। ਬਹੁਤ ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਭਾਜੀ। ਸਰ ਬਹੁਤ ਵਧੀਆ ਲੱਗੀ ਫਿਲਮ ਜੀ। 10 out of 10 ਜੀ, ਪੂਰੀ ਸਿਰ ਆ ਵੀਰੇ, ਐਂਡ ਪੂਰੀ ਵਧੀਆ ਬਾਈ, ਬਹੁਤ ਵਧੀਆ, ਬਹੁਤ ਜ਼ਿਆਦਾ ਅੰਬਾ ਬਾਈ, ਬਹੁਤ ਘੈਂਟ ਮੂਵੀ ਹੈ ਜੀ, ਬਹੁਤ ਘੈਂਟ ਘੈਂਟ ਘੈਂਟ। ਕੈਸੀ ਲੱਗੀ ਫਿਲਮ? ਫਿਲਮ ਦਾ ਤਾਂ ਇਸ ਤਰ੍ਹਾਂ ਵੱਟ ਕੱਢਤੇ ਨੇ, ਕੋਈ ਗਲਤ ਚੀਜ਼ ਨਹੀਂ, ਫੈਮਲੀ ਨਾਲ ਬੈਠ ਕੇ ਆਪਾਂ ਦੇਖ ਸਕਦੇ ਹਾਂ, ਬੱਚਿਆਂ ਨਾਲ ਬੈਠ ਕੇ ਦੇਖ ਸਕਦੇ ਹਾਂ, ਬਹੁਤ ਅੱਛੀ, ਲੋਕ ਬੱਚਿਆਂ ਨੂੰ ਸਮਝਾਉਣ ਵਾਸਤੇ ਬਹੁਤ ਅੱਛੀ ਫਿਲਮ। ਬਹੁਤ ਵਧੀਆ ਲੱਗੀ, ਦੇਵ ਫਰਾੜ ਦੀ ਫਿਲਮ ਬੜੀ ਵਧੀਆ ਲੱਗੀ, ਅੱਜ ਦੇਖੋ ਕੋਈ ਨਹੀਂ ਇੰਨੀ ਵਧੀਆ ਲੱਗੀ, ਬਹੁਤ ਜ਼ਿਆਦਾ ਅੱਛੀ ਸੀ, ਇਨਫਿਨਿਟੀ ਮਤਲਬ ਹਰ ਇੱਕ ਨੂੰ ਦੇਖਣੀ ਚਾਹੀਦੀ ਹੈ, ਹਰ ਇੱਕ ਨੂੰ ਦੇਖਣੀ ਚਾਹੀਦੀ ਹੈ, ਫੈਮਿਲੀ ਮੂਵੀ ਹੈ, ਸਾਰਿਆਂ ਨੂੰ ਦੇਖਣੀ ਚਾਹੀਦੀ ਹੈ, ਬਹੁਤ ਅੱਛੀ। ਕਿਹੜੀ ਫਿਲਮ ਹੈ, ਨਾਮ ਦੱਸੋ? ਗਾਂਧੀ 3 ਯਾਰਾਂ ਦਾ ਯਾਰ। ਬਹੁਤ ਸੋਹਣੀ ਮੂਵੀ। ਸਰ ਜੀ, ਪੰਜਾਬੀ ਇੰਡਸਟਰੀ ਨੇ ਬਾਲੀਵੁੱਡ ਦਾ ਮੁਕਾਬਲਾ ਕਰ ਲਿਆ, ਇਹ ਫਿਲਮ ਦੇਖ ਕੇ ਮੈਨੂੰ ਏਦਾਂ ਲੱਗਦਾ, ਮੈਂ ਕਹਿੰਦਾ ਜੀ ਜ਼ਬਰਦਸਤ। ਕਿੰਨੇ ਨੰਬਰ ਦਿਓਗੇ? 5 out of 5 ਐਕਸ਼ਨ ਨੂੰ। ਜੇ ਮੈਂ 5 out of 6 ਦੇ ਸਕਦਾ ਹੁੰਦਾ ਤਾਂ ਮੈਂ 6 ਵੀ ਦੇ ਦਿੰਦਾ। ਕਿਹਨੂੰ ਦਿਓਗੇ ਸਰ? ਮੈਂ ਕਹਿੰਦਾ ਹਰ ਬੰਦੇ ਨੇ ਵਧੀਆ ਐਕਟਿੰਗ ਕੀਤੀ ਹੈ, ਗੱਖੜ ਸਾਹਿਬ ਦੀ ਐਕਟਿੰਗ, ਦੇਵ ਖਰੋੜ ਦੀ ਐਕਟਿੰਗ, ਹੋਰ ਜਿੰਨੇ ਵੀ ਕਲਾਕਾਰ ਹੈ ਸਾਰੇ ਇੱਕ ਤੋਂ ਇੱਕ ਵਧੀਆ। ਥੈਂਕ ਯੂ ਸਰ। ਬਹੁਤ ਵਧੀਆ ਮੂਵੀ ਲੱਗੀ ਜੀ, ਮੈਂ ਕਹਿੰਦਾ 2024 ਸਭ ਤੋਂ ਵਧੀਆ ਮੂਵੀ ਹੋਣੀ ਹੈ। ਵਧੀਆ ਹੈ ਜੀ ਭਾਜੀ, ਬਹੁਤ ਵਧੀਆ ਫਿਲਮ ਹੈਗੀ, ਬਹੁਤ ਵਧੀਆ, ਬਹੁਤ ਵਧੀਆ, ਘੈਂਟ, ਸੁਪਰ ਹਿੱਟ। ਓਕੇ ਭਾਜੀ, ਓਕੇ। ਦੇਵ ਦੀ ਕਿਸਮਤ ਨਾਰਾਜ਼ ਆ ਬਾਈ ਨਾਲ, ਉਮੀਦਾਂ ਤੋਂ ਹੁੰਦੇ ਆ। ਬਹੁਤ ਬਹੁਤ ਅੱਛੀ ਮੂਵੀ ਹੈ ਵੀਰੇ, ਮਤਲਬ ਕਿ ਕਾਫੀ ਕਾਫੀ ਸੁਧਾਰ ਆਇਆ ਹੈ ਪੰਜਾਬੀ ਸਿਨੇਮੇ 'ਚ, ਠੀਕ ਹੈ, ਅਤੇ ਬਾਲੀਵੁੱਡ ਹੋ ਗਿਆ, ਸਾਊਥ ਹੋ ਗਿਆ, ਮਤਲਬ ਕਿ ਉਹਨਾਂ ਦੀ ਬਰਾਬਰੀ ਕਰ ਰਹੇ ਅੱਜ ਦੇ ਟਾਈਮ 'ਚ ਪੰਜਾਬੀ ਸਿਨੇਮਾ, ਇੱਕ ਨਾ ਇੱਕ ਦਿਨ ਆਉਣ ਵਾਲੇ ਟਾਈਮ 'ਚ ਬਹੁਤ ਅੱਛੀਆਂ ਮੂਵੀਆਂ ਹੋਰ ਵੀ ਆਉਣਗੀਆਂ ਇਸ ਲੈਵਲ 'ਤੇ, ਠੀਕ ਹੈ, ਅਤੇ ਇੱਕ ਨਾ ਇੱਕ ਦਿਨ ਲੋਕ ਦਾ ਪ੍ਰੇਮ ਹੋਰ ਬਹੁਤ ਜ਼ਿਆਦਾ ਵੱਧ ਜਾਏਗਾ, ਅਤੇ ਬਾਲੀਵੁੱਡ ਨੂੰ ਪਿੱਛੇ ਇੱਕ ਨਾ ਇੱਕ ਦਿਨ ਕੋਸ਼ਿਸ਼ ਹੈ ਪੰਜਾਬੀ ਸਿਨੇਮੇ ਦੀ ਕਿ ਪਿੱਛੇ ਛੱਡੇ। ਬਹੁਤ ਜ਼ਿਆਦਾ ਸੋਹਣੀ ਲੱਗੀ, ਮਜ਼ਾ ਆ ਗਿਆ, ਬਹੁਤ ਘੈਂਟ ਮੂਵੀ ਸੀਗੀ, ਦੇਵ ਖਰੋੜ ਜੀ ਦੀ ਐਕਟਿੰਗ, ਡਾਇਲੋਗਸ, ਕੰਟੈਂਟ, ਐਵਰੀਥਿੰਗ ਵਾਜ਼ ਔਸਮ। ਸਭ ਨੇ ਆਪਣਾ ਬੈਸਟ ਪਰਫੋਰਮ ਕੀਤਾ ਹੈਗਾ, ਕਿਸੇ ਦਾ ਵੀ ਆਪਾਂ ਨਹੀਂ ਕਹਿ ਸਕਦੇ ਕਿ ਮਤਲਬ ਹਰ ਇੱਕ ਕਿਰਦਾਰ ਨੂੰ ਬੈਸਟ ਕਰਨ ਦੀ ਕੋਸ਼ਿਸ਼ ਕੀ ਕੀਤਾ ਹੀ ਗਿਆ ਹੈਗਾ, ਕਿ ਕੋਈ ਸਿਰਫ ਕੋਸ਼ਿਸ਼ ਨਹੀਂ ਕੀਤੀ ਕਿ ਹਾਂਜੀ ਮੈਨੂੰ, ਹਾਂਜੀ ਬਿਲਕੁਲ, ਐਕਸ਼ਨ ਮੂਵੀਜ਼ ਆਪਣੇ ਘੱਟ ਲਿਖ ਪੰਜਾਬ ਵਿੱਚ ਮੈਂ ਕਹਿੰਦਾ ਕਾਮੇਡੀ ਜ਼ਿਆਦਾ, ਬਟ ਇਹ ਕਾਮੇਡੀ ਦੇ ਨਾਲ ਨਾਲ ਐਕਸ਼ਨ ਵੀ ਬਹੁਤ ਜ਼ਿਆਦਾ ਵਧੀਆ ਦਿਖਾਇਆ ਗਿਆ ਇਹਨਾਂ ਮੂਵੀ 'ਚ, ਮੈਨੂੰ ਬਹੁਤ ਪਸੰਦ ਆਈ। ਹਾਂਜੀ 5 out of 5 10 out of 10 ਬਹੁਤ ਬੜੀਆ, ਬਹੁਤ ਬੜੀਆ, ਮਜ਼ਾ ਆ ਗਿਆ, ਚੀਜ਼ ਅੱਛੀ ਲੱਗੀ ਹੈ, ਇਤਨੇ ਈਵਨ ਸਾਰੀ ਸਟੋਰੀ ਬਹੁਤ ਅੱਛੀ ਲੱਗੀ, ਹਾਂ ਕਿ ਹਰ ਕਿਸੇ ਕੀ ਹੈਲਪ ਕਰਨੀ ਚਾਹੀਏ, ਬਹੁਤ ਵਧੀਆ ਲੱਗੀ, ਬਹੁਤ ਵਧੀਆ ਭਾਜੀ, ਬਹੁਤ ਜ਼ਬਰਦਸਤ ਮੂਵੀ ਸੀਗੀ, ਫੁੱਲੀ ਮੋਟੀਵੇਟਡ। ਬਹੁਤ ਸੋਹਣੀ ਫਿਲਮ, ਬਹੁਤ ਅਲੱਗ ਹੀ ਹੈ, ਸੋਹਣੀ ਮੂਵੀ, ਝਟਕਾ ਖਾ ਗਈ ਭਾਈ ਜੀ ਇੱਧਰ। ਹਾਂਜੀ ਸਰ, ਕੈਸੀ ਲੱਗੀ? ਬਸ ਸੁਪਰ, ਇੱਕਦਮ ਅੱਛੀ ਅੱਛੀ ਸਰ, ਸੁਪਰ ਫਿਲਮ, ਸੁਪਰ। ਅੰਕਿਤ ਦੀ ਐਕਟਿੰਗ ਕੈਸੀ ਲੱਗੀ? ਬਹੁਤ ਅੱਛੀ ਲੱਗੀ, ਬਹੁਤ ਅੱਛੀ ਐਕਟਿੰਗ ਕਰੀ ਹੈ, ਥੈਂਕ ਯੂ। ਜਲੰਧਰ ਦੀ ਕੁੜੀ ਨੇ ਕਮਾਲ ਕਰਤਾ? ਹਾਂਜੀ ਹਾਂਜੀ, ਬਹੁਤ ਅੱਛਾ ਕਰਤਾ, ਥੈਂਕ ਯੂ। ਬਾਕਸਰ? ਹਾਂਜੀ ਹਾਂਜੀ, ਬਹੁਤ ਘਰ ਮੇ ਕਰਤੀ ਹੈ ਬਾਕਸ? ਨਹੀਂ ਨਹੀਂ, ਘਰ ਪੇ ਨਹੀਂ ਕਰਤੀ। ਨਮਸਤੇ ਆਂਟੀ, ਕੈਸੀ ਹੈ? ਨਮਸਤੇ ਜੀ, ਕੈਸੀ ਲੱਗੀ ਆਂਟੀ ਆਪਕੋ? ਹਾਂਜੀ, ਬਹੁਤ ਬੜੀ ਹੈ ਜੀ, ਬਹੁਤ ਫਾਈਨ, ਗੁੱਡ ਮੂਵੀ, ਫੈਂਟਾਸਟਿਕ, ਬਹੁਤ ਅੱਛੀ, ਬਹੁਤ ਅੱਛੀ, ਵੈਰੀ ਨਾਈਸ ਮੂਵੀ, ਰੀਅਲੀ ਵੈਰੀ ਨਾਈਸ। ਸੋਰੀ ਵਾਕਿਆ? ਯੈਸ, ਕੁਝ ਡਿਫਰੈਂਟ ਥਾ, ਨਾਰਮਲ ਪੰਜਾਬੀ ਫਿਲਮੋਂ ਸੇ ਕੁਝ ਅਲੱਗ ਦੇਖਨੇ ਕੋ ਮਿਲਾ।